ਕਿਸਾਨੀ ਦੇ ਵਿੱਚ ਇਹਨਾਂ ਦੀ ਬੰਦੀਆਂ ਨੀਤੀਆਂ ਕਰਕੇ ਕਿਸਾਨੀ ਫਾਇਦੇ ਨਹੀਂ ਤੇ ਨੌਜਵਾਨ ਇਸ ਪਾਸੇ ਆਉਣ ਨੂੰ ਕਦੇ ਨਹੀਂ ਬੋਲਦਾ। ਪਰ ਬਾਦਲਾਂ ਨੂੰ ਕੀ ਹੋ ਗਿਆ ਜਿਹਨਾਂ ਨੂੰ 70 ਸਾਲ ਅਸੀਂ ਵੋਟਾਂ ਦਿੱਤੀਆਂ, ਜਿਹਨੂੰ ਖਾਈ ਜਾਂਦੇ ਸੀ ਆਪਣੇ ਦੁਬਈ ਚ ਹੋਟਲ ਬਣਾਈ ਜਾਂਦੇ ਸੀ, ਬੜਾ ਕੁਛ ਇਹਨਾਂ ਨੇ ਬਣਾਇਆ। ਇਸ ਵੇਲੇ ਇਹਨਾਂ ਨੇ ਅੱਖ ਚੱਕਦੀ, ਪਰ ਮੋਦੀ ਹੁਣ ਕਰ ਰਿਹਾ, ਮੋਦੀ ਨੂੰ ਕੋਈ ਜਾ ਕੇ ਦੱਸ ਦੇ ਕਿ ਪੰਜਾਬੀ ਕੌਮ ਇਹ ਕੌਮ ਹੈ। ਮੋਦੀ ਕਹਿੰਦਾ ਪੰਜਾਬ ਦੇ ਕਿਸਾਨ ਮਾਲੋ ਮਾਲ ਹੋਣ ਜਾ ਰਹੇ ਨੇ, ਖੇਤੀ ਚ ਕ੍ਰਾਂਤੀ ਆ ਰਹੀ ਹੈ। ਇਹਨੂੰ ਪੁੱਛੋ ਵੀ ਕਿਹੜੇ ਮਾਲੋ ਮਾਲ ਹੋ ਕੇ ਬੰਦਾ ਆਤੰਕਵਾਦ ਦੀਆਂ ਗੋਲੀਆਂ ਖਾ ਲੈਂਦਾ ਤੇ ਸੜਕਾਂ ਦੇ ਖੂਨ ਹੋ ਜਾਂਦੇ, ਸੜਕ ਮਾਹਾ ਖਾ ਲੈਂਦਾ। ਇਹ ਕਿਹੜੀ ਕ੍ਰਾਂਤੀ ਹੈ ਜਿਹੜਾ ਕਿਸਾਨ ਦਿਨ ਰਾਤ ਵਿਰੋਧ ਕਰ ਰਿਹਾ ਹੈ? ਪਹਿਲਾਂ ਤਾਂ ਬਜ਼ੁਰਗ ਸੀ, ਹੁਣ ਤੇ ਨੌਜਵਾਨ ਪੀੜ੍ਹੀ ਵੀ ਨਾਲ ਉੱਤਰ ਰਹੀ ਹੈ, ਜਿਹੜੀ ਕਿਸਾਨੀ ਦੇ ਵਿੱਚ ਇਹਨਾਂ ਦੀ ਬੰਦੀਆਂ ਨੀਤੀਆਂ ਕਰਕੇ ਕਿਸਾਨੀ ਫਾਇਦੇ ਨਹੀਂ ਤੇ ਨੌਜਵਾਨ ਇਸ ਪਾਸੇ ਆਉਣ ਨੂੰ ਕਦੇ ਨਹੀਂ ਬੋਲੇ। ਪਰ ਇਹ ਅਸੀਂ ਨੀ ਭੁੱਲਣਾ ਕਿ ਜਿਹੜਾ ਪੰਜਾਬ ਹੈ ਕਿਸਾਨੀ ਦੇ ਸਿਰ ਤੇ ਹੈ। ਅੱਜ ਜਿਹੜੀਆਂ ਗੱਡੀਆਂ ਯੂਨੀਵਰਸਿਟੀਆਂ ਦੇ ਵਿੱਚ ਅਸੀਂ ਪੜ੍ਹੇ ਹਾਂ, ਸਾਡੇ ਬਜ਼ੁਰਗਾਂ ਦੀਆਂ ਕਮਾਈਆਂ ਖੇਤੀ ਤੋਂ ਚੁੱਕੀਆਂ ਹੋਈਆਂ ਨੇ ਸਾਰੀਆਂ। ਮੋਦੀ ਨੂੰ ਤੇ ਕਦੇ ਸਾਡੇ ਪੰਜਾਬੀਆਂ ਨਾਲ ਹਮਦਰਦੀ, ਪਿਆਰ, ਮੁਹੱਬਤ ਉਹ ਹੈ ਹੀ ਨਹੀਂ ਸੀ। ਇਸ ਬੰਦੇ ਨੇ ਹਮੇਸ਼ਾ ਪੰਜਾਬੀਆਂ ਨਾਲ ਖਾਰ ਖਾਧੀ ਹੈ, ਮਿਲੀ ਰਹਿਣ ਦੇ ਹਰ ਤਰੀਕਾ ਵਰਤਿਆ। ਪਰ ਬਾਦਲਾਂ ਨੂੰ ਕੀ ਹੋ ਗਿਆ ਜਿਹਨਾਂ ਨੂੰ 70 ਸਾਲ ਅਸੀਂ ਵੋਟਾਂ ਦਿੱਤੀਆਂ, ਕਿਹਨੂੰ ਖਾਈ ਜਾਂਦੇ ਸੀ ਆਪਣੇ ਦੁਬਈ ਚ ਹੋਟਲ ਬਣਾਈ ਜਾਂਦੇ ਸੀ, ਬੜਾ ਕੁਛ ਇਹਨਾਂ ਨੇ ਬਣਾਇਆ, ਬੜਾ ਭ੍ਰਿਸ਼ਟਾਚਾਰ ਇਹਨਾਂ ਦੇ ਮੰਤਰੀਆਂ ਨੇ ਕੀਤਾ। ਪਰ ਹੁਣ ਤਾਂ ਸਿੱਧੇ ਹੀ ਹੱਕ ਚ ਛੁਰਾ ਮਾਰਦੇ ਇਹਨਾਂ ਨੇ, ਸ਼ਰਮ ਦੀ ਰਾਤੀ ਪੱਦਾਂ ਰੋਣ ਨੂੰ, ਸਾਡੀ ਮਾਂ ਵੇਚਣ ਨੂੰ, ਜ਼ਮੀਨ ਕਿਸਾਨ ਦੀ ਮਾਂ ਹੁੰਦੀ ਹੈ। ਤੇ ਇਹ ਕਹਿੰਦੇ ਜਿਹੜੇ ਤਿੰਨ ਆਰਗੂਮੈਂਟ ਹੋਏ ਨੇ, ਇਹ ਤਿੰਨੇ ਕਿਸਾਨਾਂ ਦੇ ਬੜੇ ਫਾਇਦੇਮੰਦ ਨੇ। ਇਹ ਸਾਰਾ ਹਰਸਿਮਰਤ ਦੇ ਪ੍ਰਤੀ ਦੇਵ ਸੁਖਬੀਰ ਬਾਦਲ ਤੇ ਹਰਸਿਮਰਤ ਆਗਤਰੀ ਬੜੇ ਫਾਇਦੇਮੰਦ ਆ। ਜਦੋਂ ਕਿਸਾਨਾਂ ਨੂੰ ਆਪਦਮ ਮੂਹਰੇ ਹੁੰਦੇ ਦੇਖੇ, ਇਹਨਾਂ ਨੂੰ ਲੱਗਿਆ ਪਤਾ ਵੀ ਹੁਣ ਕਿਸਾਨ ਸਾਨੂੰ ਪਿੰਡਾਂ ਚ ਵੜ ਵੀ ਨਹੀਂ ਦਿੰਦੇ, ਫੇਰ ਇਹਨੇ ਸ਼ਰਮ ਸ਼ਰਮ ਜੀ ਨੇ ਅਸਤੀਫਾ ਦਿੱਤਾ। ਅਸਤੀਫਾ ਦੇ ਕੇ ਵੀ ਕਹਿੰਦੀ ਕਿਸਾਨਾਂ ਨੇ ਦਿੱਤਾ, ਉਹ ਮੇਰਾ ਗਮੂਰ ਨਹੀਂ ਸੀ, ਕਿਉਂਕਿ ਕਿਸਾਨਾਂ ਨੇ ਮਜਬੂਰ ਕਰਤਾ। ਸਾਰੇ ਬਿੱਲ ਬੜੇ ਚੰਗੇ ਸੀ, ਸੋ ਸਾਨੂੰ ਈਸਟ ਇੰਡੀਆ ਕੰਪਨੀ ਨੇ ਇੱਕ ਵਾਰੀ ਗੁਲਾਮ ਬਣਾਇਆ ਸੀ। ਸੋ ਜਿਹੜਾ ਇਹਨਾਂ ਨੇ ਮਾਲੋ ਮਾਲ ਕਿਸਾਨਾਂ ਨੇ ਨੀ ਹੋਣਾ ਸੀ, ਮਾਲੋ ਮਾਲ ਹੋਣਾ ਸੀ ਅਡਾਨੀ ਅੰਬਾਨੀਆਂ ਨੇ, ਇਹਨਾਂ ਨੇ ਬੈਂਕ ਬੈਲੈਂਸ ਭਰਨੇ ਸੀ ਬਾਦਲਾਂ ਨੇ, ਇਹਨਾਂ ਨੇ ਕਾਲੀਆਂ ਭੇਡਾਂ ਨੇ ਆਪਦੇ ਨਿੱਜੀ ਫਾਇਦੇ ਲਈ ਸਾਡਾ ਪੰਜਾਬ ਨੂੰ ਵੇਚਤਾ। 70 ਸਾਲ ਵੇਚਦੇ ਰਹੇ, ਕਿਸਾਨ ਚੁੱਪ ਚਾਪ ਦੇਖਦੇ ਰਹੇ, ਪਰ ਇਸ ਵਾਰ ਇਹਨਾਂ ਨੇ ਅੱਖ ਚੱਕਤੀ। ਪਰ ਮੋਦੀ ਹੁਣ ਕਰ ਰਿਹਾ, ਮੋਦੀ ਨੂੰ ਕੋਈ ਜਾ ਕੇ ਦੱਸ ਦੇ ਕਿ ਪੰਜਾਬੀ ਕੌਮ ਇਹ ਕੌਮ ਹੈ ਜਿਹਨੇ ਜਨਮ ਸ਼ਾਸਕਾਂ ਦਾ ਕੀ ਹਾਲ ਕੀਤਾ, ਜਿਹੜਾ ਇਤਿਹਾਸ ਖਰੋੜ ਕੇ ਵੇਖ ਲਓ। ਨਹੀਂ ਤਾਂ ਜੇ ਤਾਜ਼ਾ ਨਜ਼ਾਰਾ ਵੇਖਣਾ ਤੇ ਅਸੀਂ ਜਿੱਦ ਤੇ ਅੜਿਆ ਰਹੀ ਤੇ ਤੈਨੂੰ ਦੱਸਾਂਗੇ ਕਿ ਪੰਜਾਬੀ ਕਿਹਨੂੰ ਕਹਿੰਦੇ ਆ ਤੇ ਕੀ ਕਰ ਸਕਦੇ ਆ। ਜੇ ਸਾਡੇ ਬਜ਼ੁਰਗ ਖੇਤਾਂ ਚ ਪਸੀਨਾ ਵਹਾ ਸਕਦੇ ਆ ਤਾਂ ਅਸੀਂ ਉਹ ਤੋਂ ਦੁਕਾਨ ਖੋਲ ਵੀ ਬਣਾ ਸਕਦੇ ਆ। ਇਹ ਹੰਕਾਰਿਆ ਮੈਨੂੰ ਲੱਗਦਾ ਮੈਂ ਪ੍ਰਧਾਨ ਮੰਤਰੀ ਆ, ਮੇਰੀ ਪਾਵਰ ਬਹੁਤ ਜ਼ਿਆਦੀ ਆ। ਪਾਵਰ ਤੇਰੀ ਜਿਹੜੀ ਭਾਰਤ ਦਾ ਤੂੰ ਪ੍ਰਧਾਨ ਮੰਤਰੀ ਬਣਿਆ ਫਿਰਦਾ ਨਾ, ਉਹ ਆਜ਼ਾਦੀ ਸਾਡੇ ਪੰਜਾਬੀਆਂ ਦੀਆਂ ਕੁਰਬਾਨੀਆਂ ਨਾਲ ਆਈ ਹੈ। ਜਿਹੜੇ ਅੱਜ ਬਾਰਡਰ ਤੇ ਮੁੰਡੇ ਸ਼ਹੀਦ ਹੁੰਦੇ ਨੇ ਉਹ ਸਾਡੇ ਮੁੰਡੇ ਸ਼ਹੀਦ ਹੁੰਦੇ ਨੇ, ਉਹਨਾਂ ਦੀਆਂ ਜਿਹੜੀਆਂ ਸ਼ਰੀਰ ਨੇ ਦੇਹਾਂ ਨੇ ਪੰਜਾਬ ਚ ਸਭ ਤੋਂ ਜ਼ਿਆਦਾ ਆਉਂਦੀਆਂ ਜਦੋਂ ਬਾਰਡਰ ਤੇ ਇਹਨਾਂ ਦੇ ਮੂਹਰੇ, ਉੱਥੇ ਵੀ ਪੰਜਾਬੀ ਕੀਤੇ ਹੁੰਦੇ ਨੇ। ਸੋ ਇਹ ਆਪਦੇ ਵਹਿਮ ਪਾਲਣੇ ਬੰਦ ਕਰਦੇ, ਇੱਟ ਨਾਲ ਇੱਟ ਖੜਕਾ ਦੇਣਗੇ ਤੇ ਨੌਜਵਾਨਾਂ ਨੇ ਜਿਵੇਂ ਇੱਕ ਬਜ਼ੁਰਗ ਆ 10 ਖੜੋ ਪਿੱਛੇ ਮੋਢਾ ਲਾ ਕੇ, ਅੱਜ ਇਹਨਾਂ ਨੂੰ ਸਾਡੀ ਲੋੜ ਆ। ਸਾਰੀ ਉਮਰ ਇਹਨਾਂ ਨੇ
ਖੂਨ ਪਸੀਨਾ ਇੱਕ ਕਰਕੇ ਖੇਤੀਬਾੜੀ ਕੀਤੀ। ਅੱਜ ਇਹ ਸਾਡੀ ਖੇਤੀ ਨੂੰ, ਪੰਜਾਬ ਦੀ ਧਰਤੀ ਨੂੰ ਵੇਚਣ ਲੱਗੇ ਨੇ, ਸਾਨੂੰ ਗੁਲਾਮ ਬਣਾਉਣ ਦੇ ਲੱਗੇ ਨੇ। ਗੁਲਾਮ ਅਸੀਂ ਬਣਦੇ ਨਹੀਂ ਆ, ਸਾਨੂੰ ਜਿੱਥੇ ਸਾਨੂੰ ਦੀ ਲੋੜ ਪਈ, ਜਿੱਥੇ ਪਹਿਲਾਂ ਕੁਰਬਾਨੀਆਂ ਕੀਤੀਆਂ, ਹੋਰ ਕਰਦਿਆਂ ਦੀ ਇਹੋ ਜਿਹੀ ਜ਼ਿੰਦਗੀ ਦਾ ਕੀ ਜਿਉਣਾ ਜਿੱਥੇ ਸਾਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਆ। ਸੋ ਡਟੇ ਰਹੋ, ਹਾਰ ਨਾ ਮੰਨਿਓ, ਕਿਰਪਾ ਕਰਕੇ ਨੌਜਵਾਨ ਪੀੜ੍ਹੀ ਜਿੰਨੇ ਕਿਤੇ ਤੁਸੀਂ ਖੜੇ ਹੋ, ਆ ਹੋਰ ਕੰਮ ਭੁੱਲ ਜਾਂਦੇ।